ਅਸਲਾਮ ਅਲੈਕਮ, ਮੈਂ ਤੁਹਾਡੇ ਵਾਸਤੇ ਡਿਜ਼ਾਇਨ ਲੈ ਕੇ ਆਈ ਹਾਂ। ਉਮੀਦ ਤੁਹਾਨੂੰ ਪਸੰਦ ਆਏਗਾ। ਇਹਨੂੰ ਲੇਡੀਜ਼ ਜੈਂਟਸ ਬੇਬੀ ਫਰੋਕ ਜਿਸ ਤਰ੍ਹਾਂ ਬਾਰਡਰ ਦੇ ਤੌਰ 'ਤੇ ਵੀ ਇਹਨੂੰ ਤੁਸੀਂ ਬਣਾ ਸਕਦੇ ਜੀ, ਜਿਸ ਤਰ੍ਹਾਂ ਤੁਸੀਂ ਚਾਹੇ ਬਣਾ ਸਕਦੇ ਜੀ। ਚਲੋ ਆਪਾਂ ਇਹਨੂੰ ਉਲਟੀ ਸਾਈਡ ਤੋਂ ਡਿਜ਼ਾਇਨ ਸ਼ੁਰੂ ਹੁੰਦਾ ਹੈ, ਆਪਾਂ ਨੂੰ ਬਣਾ ਕੇ ਵੇਖਦੇ ਹਾਂ। ਪਿੱਛੇ ਧਾਗਾ ਕਰਕੇ ਇੱਕ ਦੋ, ਫਿਰ ਧਾਗਾ ਅੱਗੇ ਕਰਨਾ ਹੈ, ਫਿਰ ਸਿਲਾਈ 'ਤੇ ਦੋ ਵਾਰੀ ਇਸ ਤਰ੍ਹਾਂ ਲਪੇਟਣਾ ਹੈ, ਇਸ ਤਰ੍ਹਾਂ ਧਾਗੇ ਨੂੰ। ਫਿਰ ਧਾਗਾ ਪਿੱਛੇ ਕਰਨਾ ਹੈ, ਫਿਰ ਦੋ, ਇੱਕ ਦੋ, ਫਿਰ ਧਾਗਾ ਅੱਗੇ ਕਰਨਾ ਹੈ, ਫਿਰ ਦੋ ਵਾਰੀ ਸਿਲਾਈ 'ਤੇ ਲਪੇਟਣਾ ਹੈ, ਇਸ ਤਰ੍ਹਾਂ ਫਿਰ ਦੋ ਬਣਾਉਣੇ ਨੇ ਪਿੱਛੇ ਧਾਗਾ ਕਰਕੇ। ਯਾਨੀ ਇਸ ਇੱਧਰੋਂ ਸਿੱਧੇ ਆਉਣਗੇ, ਉੱਧਰੋਂ ਉਲਟੀ ਸਾਈਡ ਹੁੰਦੀ ਆਏਗੀ, ਇਸ ਤਰ੍ਹਾਂ ਇੱਧਰੋਂ ਸਿੱਧੀ ਸਾਈਡ ਆਏਗੀ। ਇਹ ਧਾਗਾ ਫਿਰ ਅੱਗੇ ਕਰਨਾ ਹੈ, ਇਹ ਫਿਰ ਦੋ ਵਾਰੀ ਸਿਲਾਈ 'ਤੇ ਇਸ ਤਰ੍ਹਾਂ ਲਪੇਟਣਾ ਹੈ, ਫਿਰ ਧਾਗਾ ਪਿੱਛੇ ਕਰਨਾ ਹੈ, ਫਿਰ ਇਹ ਦੋ ਵਾਰੀ ਸਿੱਧਾ ਇਸ ਤਰ੍ਹਾਂ ਬਣਾਉਣਾ ਹੈ, ਫਿਰ ਧਾਗਾ ਅੱਗੇ ਕਰਨਾ ਹੈ, ਫਿਰ ਦੋ ਵਾਰੀ ਸਿਲਾਈ 'ਤੇ ਇਸ ਤਰ੍ਹਾਂ ਲਪੇਟਣਾ ਹੈ, ਫਿਰ ਧਾਗਾ ਪਿੱਛੇ ਕਰਨਾ ਹੈ, ਫਿਰ ਦੋ ਖਾਨੇ ਇਸ ਤਰ੍ਹਾਂ ਬਣਾਉਣੇ ਨੇ, ਫਿਰ ਧਾਗਾ ਅੱਗੇ ਕਰਨਾ ਹੈ, ਫਿਰ ਸਿਲਾਈ 'ਤੇ ਇਸ ਤਰ੍ਹਾਂ ਲਪੇਟਣਾ ਹੈ, ਫਿਰ ਧਾਗਾ ਪਿੱਛੇ ਕਰਨਾ ਹੈ, ਫਿਰ ਦੋ ਖਾਨੇ ਇਸ ਤਰ੍ਹਾਂ ਬਣਾਉਣੇ ਨੇ, ਫਿਰ ਧਾਗਾ ਅੱਗੇ ਕਰਨਾ ਹੈ, ਫਿਰ ਦੋ ਵਾਰੀ ਸਿਲਾਈ 'ਤੇ ਇਸ ਤਰ੍ਹਾਂ ਲਪੇਟਣਾ ਹੈ। ਇਹ ਪੂਰੀ ਸਿਲਾਈ ਇਸੇ ਤਰ੍ਹਾਂ ਹੀ ਰਿਪੀਟ ਕਰਨੀ ਹੈ ਆਪਾਂ, ਇਸ ਤਰ੍ਹਾਂ ਦੋ ਸਿੱਧੇ ਇਸ ਤਰ੍ਹਾਂ ਪਿੱਛੇ ਧਾਗਾ ਕਰਕੇ, ਇੱਕ ਇਸ ਤਰ੍ਹਾਂ ਸਿਲਾਈ 'ਤੇ ਦੋ ਵਾਰੀ ਲਪੇਟ ਕੇ, ਇਸ ਤਰ੍ਹਾਂ ਫਿਰ ਪਿੱਛੇ ਕਰਕੇ, ਫਿਰ ਦੋ ਆਪਣੀ ਸਿਲਾਈ ਮੁਕੰਮਲ ਹੋ ਗਈ। ਉਲਟੀ ਸਾਈਡ ਸਿੱਧੇ ਸਿੱਧੀ ਸਾਈਡ ਤੋਂ ਆਪਾਂ ਹੁਣ ਕੀ ਕਰਨਾ ਆਪਾਂ ਵੀ ਦਿਖਾਉਂਦੇ ਹਾਂ। ਫਿਰ ਧਾਗਾ ਅੱਗੇ ਕਰਕੇ, ਜਿਹੜੀ ਉਧਰੋਂ ਸਿੱਧੇ ਸਨ ਇੱਧਰੋਂ ਉਲਟੇ ਆਉਣਗੇ। ਇਹ ਦੋ ਸਾਨੇ ਧਾਗਾ ਪਿੱਛੇ ਧਾਗਾ ਫਿਰ ਪਿੱਛੇ ਕਰਨਾ ਹੈ, ਇਹਨੂੰ ਖੋਲ੍ਹ ਲੈਣਾ ਸਿਲਾਈ ਨੂੰ, ਖੋਲ੍ਹ ਕੇ ਇਹਨੂੰ ਇਸ ਤਰ੍ਹਾਂ ਕਰਕੇ, ਫਿਰ ਇਹ ਦੋ ਸਿਲਾਈ ਇਹ ਦੋ ਖਾਨੇ, ਇੱਕ ਦੋ, ਦੋ ਦੇ ਥੋੜ੍ਹੇ ਠੁੱਟ ਪਾ ਕੇ ਇਸ ਤਰ੍ਹਾਂ ਕੱਢ ਲੈਣਾ, ਇਸ ਤਰ੍ਹਾਂ ਉਤਾਰ ਦੇਣਾ, ਇਹਨੂੰ ਉਣਨਾ ਨਹੀਂ ਵੈਸੇ, ਬਸ ਇਸ ਤਰ੍ਹਾਂ ਕਰਕੇ ਅੱਗੇ ਧਾਗਾ ਕਰਕੇ ਫਿਰ ਦੋ ਖਾਨੇ ਉਣ ਲੈਣੇ ਨੇ, ਇਸ ਤਰ੍ਹਾਂ ਫਿਰ ਪਿੱਛੇ ਕਰਨਾ ਹੈ, ਫਿਰ ਇਹਨੂੰ ਉਤਾਰ ਲੈਣਾ ਹੈ, ਫਿਰ ਇਹ ਦੋ ਦੇ ਹੇਠੋਂ ਇਹਨੂੰ ਇਸ ਤਰ੍ਹਾਂ ਐਵੇਂ ਕੱਢ ਲੈਣਾ, ਇਸ ਤਰ੍ਹਾਂ ਉਣਨਾ ਨਹੀਂ ਇਹਨੂੰ, ਬਗੈਰ ਉਣਨ ਤੋਂ ਇਸ ਤਰ੍ਹਾਂ ਕਰ ਲੈਣਾ। ਇਹ ਪੂਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਇੱਥੋਂ ਫਿਰ ਕੱਢ ਲੈਣਾ, ਇਸ ਤਰ੍ਹਾਂ ਇਹ ਪੂਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ। ਇਸ ਦੀ ਸਿਲਾਈ ਆਪਣੀ ਮੁਕੰਮਲ ਹੋ ਗਈ, ਆਪਾਂ ਹੁਣ ਉਲਟੀ ਸਿਲਾਈ ਬਣਾਵਾਂਗੇ। ਜਿਸ ਤਰ੍ਹਾਂ ਪਹਿਲੇ ਡਿਜ਼ਾਇਨ ਸਟਾਰਟ ਕੀਤਾ ਸੀ ਆਪਾਂ ਉਲਟੀ ਸਿਲਾਈ 'ਤੇ, ਇਸ ਤਰ੍ਹਾਂ ਦੋ ਉਲਟੇ ਪਾਸੋਂ ਸਿੱਧੇ, ਸਿੱਧੇ ਪਾਸੋਂ ਉਲਟੇ, ਇੱਕ ਦੇ ਉੱਤੇ ਇੱਕ ਖਾਨੇ 'ਤੇ ਦੋ ਵਾਰ ਧਾਗਾ ਲਪੇਟਣਾ, ਫਿਰ ਸਿੱਧੇ ਪਾਸੋਂ ਉਲਟੇ ਅਤੇ ਉਲਟੇ ਪਾਸੋਂ ਇਹ ਸਿੱਧੇ ਦੋ ਖਾਨੇ, ਫਿਰ ਇਸ ਤਰ੍ਹਾਂ ਧਾਗਾ ਲਪੇਟ ਕੇ ਇਹ ਪੂਰੀ ਸਿਲਾਈ ਆਪਾਂ ਜਿਸ ਤਰ੍ਹਾਂ ਪਹਿਲਾਂ ਸਟਾਰਟ ਕੀਤਾ ਉਸੇ ਤਰ੍ਹਾਂ ਹੀ ਬਣਨੀ। ਫਿਰ ਆਪਣੀ ਉਲਟੀ ਸਿਲਾਈ ਮੁਕੰਮਲ ਹੋ ਗਈ, ਸਿੱਧੀ ਸਿਲਾਈ 'ਤੇ ਆ ਗਏ ਹਾਂ। ਫਿਰ ਆਪਾਂ ਬਣਾ ਕੇ ਵੇਖਦੇ ਹਾਂ। ਦੋ ਇਹ ਖੋਲ੍ਹ ਕੇ ਪਹਿਲੇ ਆਪਾਂ ਇਸ ਸਾਈਡ ਤੋਂ ਕੱਢਿਆ ਸੀ, ਹੁਣ ਆਪਾਂ ਅਗਲੀ ਸਾਈਡ ਤੋਂ ਇਸ ਤਰ੍ਹਾਂ ਫੁਲਾਵਾਂ ਦੇਖ ਕੇ ਇਸ ਤਰ੍ਹਾਂ ਅਗਲੀ ਸਾਈਡ ਤੋਂ ਬਣਾਉਣਾ ਹੈ, ਇਸ ਸਾਈਡ। ਫਿਰ ਅੱਗੇ ਧਾਗਾ ਕਰਕੇ ਦੋ ਖਾਨੇ ਬਣਾ ਲੈਣੇ ਨੇ, ਫਿਰ ਇਹਨੂੰ ਇਸ ਤਰ੍ਹਾਂ ਲਪੇਟੇ ਧਾਗੇ ਨੂੰ ਖੋਲ੍ਹਣਾ ਹੈ। ਖੋਲ੍ਹ ਕੇ ਪਹਿਲੇ ਆਪਾਂ ਇੱਧਰੋਂ ਬਣਾਇਆ ਸੀ, ਹੁਣ ਇਸ ਸਾਈਡ 'ਤੇ ਅਗਲੇ ਪਾਸੋਂ, ਹੁਣ ਆਪਾਂ ਇਸ ਪਿਛਲੇ ਪਾਸੋਂ ਇਸ ਤਰ੍ਹਾਂ ਬਣਾਉਣਾ, ਇਸ ਤਰ੍ਹਾਂ। ਫਿਰ ਇਹਨੂੰ ਖੋਲ੍ਹ ਲੈਣਾ, ਫਿਰ ਇਹ ਪਿਛਲੀ ਸਾਈਡ ਤੋਂ ਇਸ ਤਰ੍ਹਾਂ, ਇੱਕ ਵਾਰੀ ਇਸ ਸਾਈਡ ਤੋਂ, ਇੱਕ ਵਾਰੀ ਇਸ ਸਾਈਡ ਤੋਂ, ਦੋਨਾਂ ਸਾਈਡਾਂ ਤੋਂ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਵਾਂਗੇ। ਇਹ ਆਪਣਾ ਡਿਜ਼ਾਇਨ ਬਣ ਕੇ ਮੁਕੰਮਲ ਹੋ ਗਿਆ, ਇਹ ਡਿਜ਼ਾਇਨ ਬਣੇਗਾ। ਅਗਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਿਆ ਜੇ, ਹੋ ਸਕਦਾ ਤੁਹਾਨੂੰ
अगला डिजाइन ए डिजाइन ना पसंद आए हो सकता तुम अगला डिजाइन पसंद आ जाए। अल्लाह हाफिज़।